ਦੇਖੋ, ਇੱਕ ਬੜੀ ਮੰਦਭਾਗੀ ਜੇ ਮੈਂ ਗੱਲ ਕਹਾਂ ਵੀ ਸਮਰਾਲੇ ਸ਼ਹਿਰ ਦੇ ਵਿੱਚ ਇੱਕ ਬੰਦਾ ਭੀਖ ਮੰਗ ਰਿਹਾ ਸੀ ਵੀ ਉਹਨੇ ਆਪਣੀ ਘਰਵਾਲੀ ਦਾ ਉਹਦੇ ਬੱਚਾ ਹੋਇਆ ਸੀ ਅਤੇ ਪ੍ਰਾਈਵੇਟ ਹਸਪੀਟਲ ਤੋਂ ਉਹਨੂੰ ਡਿਲੀਵਰੀ ਕਰਾਉਣੀ ਪਈ। ਉਸ ਵਾਸਤੇ ਉਹਦੇ ਕੋਲ ਪੈਸੇ ਨਹੀਂ ਸੀ ਅਤੇ ਉਹ ਵਿਚਾਰਾ ਦੁਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੇ ਪੈਸੇ ਪੂਰੇ ਕਰ ਰਿਹਾ। ਦੇਖੋ, ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੀ ਸਾਡੇ ਕੋਲ ਮੁਹੱਲਾ ਕਲੀਨਿਕ ਖੁੱਲ੍ਹ ਗਏ, ਸਾਡੇ ਕੋਲ ਡਾਕਟਰ ਬਹੁਤ ਹੋ ਗਏ, ਜਿੱਥੇ ਕਿ ਅਸਲੀਅਤ ਕੀ ਆ, ਇਹ ਜਿਹੜਾ ਸੱਜਣ ਪੈਸੇ ਮੰਗ ਰਿਹਾ ਸੀ ਉਹ ਮੱਛਵਾੜੇ ਦੇ ਪਿੰਡਾਂ 'ਚ ਬਿਲੋਂਗ ਕਰਦਾ। ਮੱਛਵਾੜਾ ਜਿਹੜਾ ਸਾਡਾ ਸਿਵਲ ਹਸਪੀਟਲ ਆ, ਉੱਥੇ ਦੀ ਜਿਹੜੀ ਹਾਲਾਤ ਇਸ ਟਾਈਮ ਇਹ ਨੇ ਵੀ ਉੱਥੇ 6 ਡਾਕਟਰਾਂ ਦੀ ਜਗ੍ਹਾ ਅਤੇ ਪੱਕੇ ਤੌਰ 'ਤੇ ਇੱਕ ਡਾਕਟਰ ਉੱਥੇ ਬਹਿੰਦੇ ਨੇ ਔਨ ਡਿਊਟੀ, ਅਤੇ ਬਾਕੀ ਕੇਵਲ ਡਿਊਟੀ ਲਾਉਣ ਟਾਈਮ ਟੂ ਟਾਈਮ ਜਿਹਦੀ ਲੋੜ ਪੈਂਦੀ ਉਹਨੂੰ ਬੁਲਾ ਲੈਂਦੇ ਆ। ਅਤੇ 9 ਨਰਸਾਂ ਦੀ ਜਗ੍ਹਾ ਆ ਜਿਹਦੇ ਵਿੱਚੋਂ 2 ਨਰਸਾਂ ਪੱਕੀਆਂ ਨੇ ਅਤੇ ਬਾਕੀ ਜਦੋਂ ਲੋੜ ਆ ਉਸ ਮੁਤਾਬਕ ਸੱਦ। ਇਹ ਹਾਲਾਤ ਨੇ ਅਤੇ ਖੁਦ ਜੇ ਮੈਂ ਕਹਾਂ ਵੀ ਉੱਥੇ ਆਪਣਾ ਸਟਾਫ ਅਤੇ SMO ਸਾਹਿਬ ਮੰਨਦੇ ਨੇ ਵੀ ਸਾਡੇ ਕੋਲ ਕੋਈ ਗਾਇਨੀ ਸਪੈਸ਼ਲਿਸਟ ਹੈ। ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਇਹ ਹਸਪਤਾਲ 134 ਪਿੰਡ ਅਤੇ ਮੱਛਵਾੜਾ ਸ਼ਹਿਰ ਨੂੰ ਕਵਰ ਕਰਦਾ। ਦੇਖੋ, ਇਹ ਹਾਲਾਤ ਕੀ ਬਣੇ ਨੇ। ਇੱਕ ਗਰੀਬ ਬੰਦਾ ਕਿਸੇ ਹਸਪਤਾਲ ਇਲਾਜ ਕਰਾਉਣ ਜਾਂਦਾ ਅਤੇ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਵੀ ਸਟਾਫ ਨਰਸ ਸਾਡੇ ਜਿਹੜੇ ਨੇ ਉਹ ਡਿਲੀਵਰੀਆਂ ਕਰਦੇ ਨੇ, ਜਦੋਂ ਕੋਈ ਕ੍ਰਿਟੀਕਲ ਕੇਸ ਹੁੰਦਾ ਫਿਰ ਸਾਨੂੰ ਡਾਕਟਰ ਦੀ ਲੋੜ ਪੈਂਦੀ ਆ। ਬਲਕਿ ਚਾਹੀਦਾ ਕੀ ਆ ਵੀ ਕੋਈ ਵੀ ਪ੍ਰੈਗਨੈਂਸੀ ਕੋਈ ਵੀ ਕੁਛ ਹੁੰਦਾ ਉੱਥੇ ਡਾਕਟਰ ਮੌਜੂਦ ਚਾਹੀਦਾ ਮੌਕੇ 'ਤੇ, ਜੇ ਕੋਈ ਅਣਸੁਖਾਵੀਂ ਘਟਨਾ ਹੁੰਦੀ ਤਾਂ ਜ਼ਿੰਮੇਵਾਰ ਕੌਣ ਆ। ਪੰਜਾਬ ਸਰਕਾਰ ਦੇ ਫੋਕੇ ਦਾਅਵੇ ਨੇ, ਇਹ ਕਹੀ ਜਾਂਦੀ ਆ ਵੀ ਅਸੀਂ ਮੈਂ ਜਿਹੜਾ ਹੈਗਾ ਇਸ ਲਾਈਨ ਦੇ ਹੈਲਥ ਦੇ ਵਿੱਚ ਬੜੀ ਇੰਪਰੂਵਮੈਂਟ ਕਰਤੀ, ਪਰ ਅਸਲੀਅਤ ਇਹ ਨੇ ਵੀ ਇਹਨਾਂ ਨੇ ਕੇਵਲ ਭੰਡੀ ਪ੍ਰਚਾਰ ਕੀਤਾ, ਕੇਵਲ ਪੋਸਟਰਾਂ 'ਤੇ ਪ੍ਰਚਾਰ ਕੀਤਾ, ਅਤੇ ਮੌਜੂਦਾ ਹਾਲਾਤ ਨੇ ਵੀ ਹਰ ਰੋਜ਼ ਜਿਹੜਾ ਸਾਡਾ ਉੱਥੇ ਸਿਵਲ ਹਸਪੀਟਲ ਸਮਰਾਲਾ ਆ, ਮੱਛਵਾੜਾ ਅਤੇ ਸਮਰਾਲਾ ਦੋਨੇ ਜੇ ਮੈਂ ਕਹਾਂ ਇਸ ਹਲਕੇ ਦੇ ਵਿੱਚ ਪੈਂਦੇ ਨੇ, ਅਤੇ ਉੱਥੋਂ ਜਿਹੜੇ ਰੈਫਰ ਹੁੰਦੇ ਨੇ ਪ੍ਰਾਈਵੇਟ ਹਸਪਤਾਲਾਂ ਨੂੰ, ਚਾਹ ਜੇ ਲੁਧਿਆਣੇ ਵੀ ਕਰਨਗੇ ਤਾਂ ਕਿਹਦੀ ਸ਼ਮਤਾ ਹੁੰਦੀ। ਅੱਜ ਐਮਰਜੈਂਸੀ 'ਚ ਉਹ ਆਪ ਮੰਨਦੇ ਨੇ ਵੀ ਕ੍ਰਿਟੀਕਲ ਕੇਸ ਸੀ, ਬੰਦਾ ਲੁਧਿਆਣੇ ਜਾਊ ਕਿ ਮੌਕੇ 'ਤੇ ਇਲਾਜ ਕਰਾਓ, ਅਤੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ? ਸਰਾਸਰੇ ਸਰਕਾਰ ਇੱਥੇ ਕਸੂਰਵਾਰ ਆ, ਪ੍ਰਸ਼ਾਸਨ ਇੱਥੇ ਕਸੂਰਵਾਰ ਆ, ਅਤੇ ਇੱਥੇ ਤੱਕ ਸੁਣਨ ਨੂੰ ਮਿਲਿਆ ਵੀ ਮੱਛਵਾੜਾ ਸ਼ਹਿਰ ਦੇ ਵਿੱਚ ਕਈ ਧਨਾੜ ਬੰਦਿਆਂ ਦੇ ਆਪਣੇ ਹਸਪਤਾਲ ਨੇ ਜਿਨ੍ਹਾਂ ਦੇ ਵਿੱਚ ਇਹ ਪੇਸ਼ੈਂਟ ਰੈਫਰ ਕੀਤੇ ਜਾਂਦੇ ਨੇ, ਤਾਂ ਉਹਨਾਂ ਨੂੰ ਮੋਟਾ ਮੁਨਾਫਾ ਦਿੱਤਾ ਜਾਂਦਾ। ਇਹ ਬਹੁਤ ਵੱਡਾ ਨੈਕਸਸ ਆ ਜਿਹਦੀ ਜਾਂਚ ਹੋਣੀ ਚਾਹੀਦੀ ਆ, ਪੜਤਾਲ ਹੋਣੀ ਚਾਹੀਦੀ, ਅਤੇ ਕਸੂਰਵਾਰ ਚਾਹੇ ਡਾਕਟਰ ਨੇ, ਨਰਸ ਨੇ ਜਾਂ ਕੋਈ ਪ੍ਰਾਈਵੇਟ ਬੰਦੇ ਨੇ, ਉਹਨਾਂ 'ਤੇ ਬਣਦੀ ਢੁੱਕਵੀਂ ਕਾਰਵਾਈ ਕਰਨੀ ਚਾਹੀਦੀ। ਸਾਡੇ ਧਿਆਨ 'ਚ ਗੱਲਾਂ ਆਈਆਂ ਨੇ ਵੀ ਪਿਛਲੇ ਸਮੇਂ ਤੋਂ ਵੀ ਜਦੋਂ ਡਾਕਟਰ ਨਹੀਂ ਸੀ ਇਹ ਲੋਕਲ ਰੈਫਰ ਕਰੀ ਜਾਂਦੇ ਸੀ, ਕਿਉਂਕਿ ਇਹਨਾਂ ਦਾ ਇੱਕ ਨੈਕਸਸ ਬਣਿਆ ਹੋਇਆ ਉੱਥੇ। ਜੇ ਮੈਂ ਇਹ ਗੱਲ 'ਤੇ ਮੈਂ ਕਹਿਣ ਤੋਂ ਕੋਈ ਗਰੇਜ਼ ਨਹੀਂ ਕਰਦਾ, ਪ੍ਰਾਈਵੇਟ ਹਸਪਤਾਲ ਨਾਲ ਨੈਕਸਸ ਬਣਾ ਕੇ ਤੁਸੀਂ ਇਹ ਦੱਸੋ ਵੀ ਅੱਜ ਹਸਪਤਾਲ ਕਿੰਨੀਆਂ ਡਿਲੀਵਰੀਆਂ ਹਰ ਰੋਜ਼ ਹੋਣਗੀਆਂ। ਸਿਵਲ ਹਸਪਤਾਲ ਗਰੀਬ ਅਤੇ ਜ਼ਰੂਰਤਮੰਦ ਬੰਦੇ ਜਾਂਦੇ ਆ, ਉਹਨਾਂ ਦੀ ਮੈਡੀਕਲ ਦਾ ਇਹਨਾਂ ਨੂੰ ਇੰਨਾ ਕੁ ਫਿਕਰ ਆ ਵੀ 6 ਮਹੀਨਿਆਂ ਤੋਂ ਕਹਿੰਦੇ ਵੀ ਲਿਖੀ ਜਾਂਦੇ ਹਾਂ ਪਰ ਸਰਕਾਰ ਬੰਦਾ ਨਹੀਂ ਦੇ ਰਹੀ। ਪਰ ਇੱਥੇ ਇਹਨਾਂ ਦੀ ਮਨਸ਼ਾ ਦੇ ਵਿੱਚ ਵੀ ਸ਼ੱਕ ਜ਼ਾਹਰ ਕੀਤਾ ਜਾਂਦਾ, ਕਿਉਂਕਿ ਇਹ ਜਿਹੜੇ ਉੱਥੇ ਦੇ ਬੰਦੇ ਨੇ ਉਹ ਰੈਫਰ ਉੱਥੇ ਲੋਕਲ ਹਸਪਤਾਲ ਨੂੰ ਕਰੀ ਜਾਂਦੇ। ਜਿਹੜੇ ਗਾਇਨੀ ਉੱਥੇ ਲੋਕਲ ਹਸਪਤਾਲਾਂ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਦੇ ਜਿਹੜਾ ਸਿਵਲ ਹਸਪਤਾਲ ਆ ਇਹਨਾਂ ਦੇ ਸਿੱਧੀਆਂ ਤਾਰਾਂ ਆਪਾਂ ਜੁੜਨਗੀਆਂ। ਇਹਦੀ ਪੂਰਨ ਤੌਰ ਦੇ ਉੱਤੇ ਇਹ ਇਨਕੁਆਇਰੀ ਹੋਣੀ ਚਾਹੀਦੀ ਆ। ਪਿਛਲੇ ਜਿੰਨੇ ਵੀ ਇੱਥੇ ਅੱਜ ਤੱਕ ਮੱਛਵਾੜਾ ਗਏ ਹੈਗੇ, ਅਭਿਸ਼ੇਕ ਨਾਮ ਹੈ ਮੇਰਾ ਜੀ, ਮੇਰੇ ਘਰ ਵਾਲੇ ਦੇ ਦਵਾਈ ਲੈਣ ਵਾਸਤੇ ਮੰਗਦਾ ਮੈਂ। ਕਿਆ ਹੋ ਗਿਆ ਮੇਰੀ ਜੀ? ਸਰਕਾਰੀ ਮੈਂ 3 ਵਜੇ ਰਾਤ ਦਾ ਗਿਆ ਤਾਂ ਸਰਕਾਰੀ ਵਾਲੇ ਕਹਿੰਦੇ ਪਹਿਲੇ ਕਹਿ ਗਏ ਜੀ ਇਸਕੋ ਅਭੀ ਨਹੀਂ ਹੋਏਗਾ, ਦਰਦ ਚੱਲਣ ਲੱਗੇ, ਫਿਰ ਵੀ ਕਹੇ ਫੁੱਲ ਦਰਦ ਚੱਲਦੇ, ਫਿਰ ਵੀ ਕਹਿੰਦੇ ਅਭੀ ਨਹੀਂ ਹੋਣਾ, ਫਿਰ ਕਹਿੰਦੇ ਟੀਕਾ ਲਾ ਕੇ ਦੇਖ ਲਿਆ ਗਾ, ਫਿਰ ਬੱਚੇਦਾਨੀ ਦਾ ਮੂੰਹ ਨਹੀਂ ਖਿਲਾਇਆ ਗਾ, ਫਿਰ ਕਹਿੰਦੇ ਇਹ ਤਾਂ ਨਹੀਂ ਉਰੇ ਕੋਈ ਡਾਕਟਰ ਨਹੀਂ ਹੈਗਾ, ਇਹ ਤੁਸੀਂ ਪ੍ਰਾਈਵੇਟ ਤੇ ਜਾਓ, ਨਹੀਂ ਤਾਂ ਪਹਿਲੇ ਕਿਹਾ ਕਿ ਲੁਧਿਆਣਾ ਦਾ ਲੈ ਕੇ ਸਰਕਾਰੀ ਮੱਛਵਾੜਾ ਜੀ। ਹਾਂਜੀ, ਮੇਰੇ ਘਰ ਵਾਲੇ ਦੀ ਡਿਲੀਵਰੀ ਆਨੰਦ ਹਸਪਤਾਲ ਤੇ ਹੋਈ ਹੈ।
ਹਾਂਜੀ ਵੀਰ ਜੀ, ਦਵਾਈ ਵਾਸਤੇ ਪੈਸੇ ਇਕੱਠੇ ਕਰ ਰਹੇ ਹਾਂ। ਕਿਵੇਂ ਹੋਈ ਹੈ, ਨਾਰਮਲ ਕਿ ਨਾਰਮਲ ਹੋਈ ਹੈ ਜੀ ਮਹਾਰਾਜ ਜੀ। ਤੇ ਹਸਪੀਟਲ ਦਾ ਡਾਕਟਰਾਂ ਦਾ ਕੀ ਕਹਿਣਾ ਸੀਗਾ? ਉਹਦੇ ਕਹਿੰਦੇ ਕਿ ਡਾਕਟਰ ਨਹੀਂ ਹੈਗਾ, ਉਹਦੇ ਡਾਕਟਰ ਹੈ ਨਹੀਂ। ਨਹੀਂ, ਡਾਕਟਰ ਨਹੀਂ ਹੈ, ਸਾਹਮਣੇ ਵਾਲਾ ਕੋਈ ਡਾਕਟਰ ਨਹੀਂ ਹੈਗਾ, ਲੁਧਿਆਣੇ ਜਾਓ। ਜਿਹੜੀ ਹੈਗੀ ਆ ਸਾਡੇ ਕੋਲ, ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਸੂਚਿਤ ਕੀਤਾ ਹੋਇਆ, ਉੱਚ ਅਧਿਕਾਰੀਆਂ ਨੂੰ ਵੀ, ਕੋਈ ਗਾਇਨੀ ਸਪੈਸਲਿਸਟ ਨਹੀਂ ਹੈ। ਜੋ ਪਹਿਲਾਂ ਡਾਕਟਰ ਇੱਕ ਗਾਇਨੀ ਸਪੈਸਲਿਸਟ ਸੀ, ਉਹ ਰਿਜਾਇਨ ਕਰ ਚੁੱਕੇ ਨੇ। ਅਸੀਂ ਹਰੇਕ ਮਹੀਨੇ ਆਪਣੀ ਰਿਪੋਰਟ ਦੇ ਵਿੱਚ ਹਾਇਰ ਅਥੋਰਟੀ ਨੂੰ ਦੱਸਦੇ ਹੈਗੇ ਹਾਂ। ਅਤੇ ਗਾਇਨੀ ਸਪੈਸਲਿਸਟ ਨਾ ਹੋਣ ਕਰਕੇ ਜਿਹੜੇ ਨੋਰਮਲ ਕੇਸ ਨੇ ਡਿਲੀਵਰੀ ਦੇ, ਉਹ ਸਾਡੇ ਸਟਾਫ ਨਰਸ ਔਨ ਡਿਊਟੀ ਜਿਹੜੇ ਉਹ ਹੈਂਡਲ ਕਰ ਲੈਂਦੇ ਨੇ। ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ, ਕਿਉਂਕਿ ਇਹਦਾ ਬੀ ਪੀ ਜ਼ਿਆਦਾ ਹੈ, ਇਹ ਹਾਈ ਰਿਸਕ ਕੇਸ ਦੇ ਵਿੱਚ ਆਉਂਦਾ ਆ, ਇਹਦੇ ਵਿੱਚ ਰਿਸਕ ਫੈਕਟਰ ਵੀ, ਉਸ ਨੂੰ ਮੁੱਖ ਰੱਖਦੇ ਹੋਏ ਇਹ ਸਾਡੇ ਸਟਾਫ ਨਰਸ ਔਨ ਡਿਊਟੀ ਨੇ ਜਿਹੜੇ ਹੈਗੇ, ਉਹਨਾਂ ਨੇ ਬਕਾਇਦਾ ਐਜ਼ ਪਰ ਰਿਕਾਰਡ ਨੋਟਡ ਹੈ, ਉਹ ਅਸੀਂ ਫਿਰ ਹਾਇਰ ਸੈਂਟਰ ਜਿਹੜਾ ਹੈਗਾ ਸਾਡਾ ਸਿਵਲ ਹੋਸਪਿਟਲ ਲੁਧਿਆਣੇ ਰੈਫਰ ਕਰਦੇ ਹਾਂ। ਉਹ ਬਕਾਇਦਾ ਰੈਫਰ ਸਲਿੱਪ ਬਣਾ ਕੇ, ਸਾਰਾ ਰਿਕਾਰਡ ਉਹਦੇ ਵਿੱਚ ਸਲਿੱਪ 'ਤੇ ਲਿਖ ਕੇ, ਪੇਸ਼ੈਂਟ ਦੇ ਅਟੈਂਡੈਂਟ ਨੂੰ ਐਡਵਾਈਜ਼ ਕਰਕੇ, ਗਾਈਡ ਕਰਕੇ ਸਲਿੱਪ ਦੇ ਕੇ ਇੱਥੋਂ ਰੈਫਰ ਕੀਤਾ ਗਿਆ ਟੂ ਦਾ ਸਿਵਲ ਹੋਸਪਿਟਲ ਲੁਧਿਆਣਾ। ਗਾਇਨੀ ਦੀ ਗੱਲ ਕਰੀਏ, ਡਾਕਟਰ ਕਿੰਨੀ ਦੇਰ ਤੋਂ ਨੇ ਜਿਹੜੇ ਉਹ ਇੱਥੇ ਨਹੀਂ ਹੈ? ਇਹ ਤਕਰੀਬਨ 5-6 ਮਹੀਨੇ ਹੋ ਗਏ ਹੈਗੇ ਆ। ਉਹ ਸਾਡੇ ਕੋਲ ਗਾਇਨੀ ਸਪੈਸਲਿਸਟ ਜਿਹੜੇ ਸੀਗੇ, ਉਹ ਰਿਜਾਇਨ ਕਰਤਾ ਉਹਨਾਂ ਨੇ ਆਪਣੀ ਵਿਲਿੰਗ, ਕੋਈ ਫੈਮਿਲੀ ਇਸ਼ੂ ਹੋਣ ਕਰਕੇ। ਅਸੀਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਆਪਣੇ ਡਿਪਾਰਟਮੈਂਟ ਨੂੰ ਕਿਸੇ ਹੋਰ ਡਾਕਟਰ ਦੀ ਡਿਊਟੀ ਲਗਾਉਣ ਵਾਸਤੇ ਰੂਟੀਨ ਦੇ ਵਿੱਚ ਲਿਖਦੇ ਰਹਿੰਦੇ ਹੈਗੇ ਹਾਂ। ਅਤੇ ਹੁਣ ਵੀ ਅਸੀਂ ਆਸ ਕਰਦੇ ਹਾਂ ਵੀ ਸਾਡੇ ਜਿਹੜੇ ਹੈੱਡ ਡਿਪਾਰਟਮੈਂਟ ਹੈਗਾ, ਉਹ ਇਸ ਇਲਾਕੇ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿਸੇ ਹੋਰ ਜਿਹੜੇ ਹੈਗਾ ਸੰਸਥਾ ਤੋਂ, ਜਾਂ ਇੱਥੇ ਪੱਕੇ ਤੌਰ 'ਤੇ ਜਿਹੜਾ ਗਾਇਨੀ ਸਪੈਸਲਿਸਟ ਅਪੁਆਇੰਟ ਕਰ ਦੇਣ, ਤਾਂ ਇਹ ਲੋਕਾਂ ਦੀ ਸਹੂਲਤ ਵਾਸਤੇ ਜਾਂ ਇਸ ਸੰਸਥਾ ਦੀ ਸਹੂਲਤ ਵਾਸਤੇ ਬਹੁਤ ਅੱਛਾ। ਇਹ ਤਕਰੀਬਨ ਸਾਡੇ ਕੋਲ 134 ਪਿੰਡ ਨੇ ਪਲੱਸ ਹਾਰਮੋਨ ਏਰੀਆ ਹੈਗਾ, ਅਤੇ ਉਹ ਸਾਰਿਆਂ ਨੂੰ ਇਹ ਆਪਾਂ ਹੈਂਡਲ ਕਰਦੇ ਹਾਂ। ਬਾਕੀ ਸਾਡੇ ਕੋਲ ਜਿੰਨਾ ਸਟਾਫ ਹੈ, ਚਾਹੇ ਉਹ ਮੈਨ ਪਾਵਰ ਘੱਟ ਹੈ, ਬਟ ਘੱਟ ਹੋਣ ਦੇ ਬਾਵਜੂਦ ਅਸੀਂ ਜਿਹੜੀ ਹੈਗੀ ਆ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਕਰਦੇ ਰਹਾਂਗੇ।